ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਗਸ਼ਤ ਤੇ ਨਿਕਲੀ ਸ੍ਰੀ ਮੁਕਤਸਰ ਸਾਹਿਬ ਪਰਿਵਾਰਾਂ ਦੀ ਪੁਲਿਸ ਨੂੰ ਕਿੱਦਾਂ ਮਿਲੀ ਵੱਡੀ ਕਾਮਯਾਬੀ। ਤਲਾਸ਼ੀ ਕਰਨ ਤੇ ਇਹਦੇ ਕੋਲ 400 ਗੋਲੀ ਜਿਹੜੀ ਐਸ ਆਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਸ੍ਰੀ ਮੁਕਤਸਰ ਸਾਹਿਬ ਥਾਣਾ ਬਰੀਵਾਲਾ ਦੀ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਮਿਲੀ ਜਦੋਂ ਗਸ਼ਤ ਦੌਰਾਨ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਿੱਤੀ ਗਈ। ਤਲਾਸ਼ੀ ਦੇ ਦੌਰਾਨ ਉਸ ਵਿਅਕਤੀ ਦੇ ਕੋਲੋਂ 400 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਇੰਸਪੈਕਟਰ ਬਰੀਵਾਲਾ ਪ੍ਰੇਮ ਨਾਥ ਨੇ ਦੱਸਿਆ ਕਿ ਸਾਡੇ SI ਕੁਲਦੀਪ ਸਿੰਘ ਪੁਲਸੂਆ ਬਰੀਵਾਲਾ ਗਸ਼ਤ ਦੌਰਾਨ ਪੁਲਿਸ ਪਾਰਟੀ ਨਾਲ ਜਾ ਰਹੇ ਸਨ। ਉੱਥੇ ਇਹਨਾਂ ਨੂੰ ਇੱਕ ਤਰਸੇਮ ਸਿੰਘ ਨਾਮ ਦਾ ਸ਼ੱਕੀ ਵਿਅਕਤੀ ਮਿਲਿਆ। ਜਦੋਂ ਉਸ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਿੱਤੀ ਗਈ ਤਾਂ ਉਸ ਕੋਲੋਂ 400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਜਿਸ ਸੰਬੰਧ ਵਿੱਚ ਥਾਣਾ ਬਰੀਵਾਲਾ ਵਿੱਚ ਵੱਖ ਵੱਖ ਧਾਰਾਵਾਂ ਦੇ ਅਧੀਨ ਮੁਕੱਦਮਾ ਦਰਜ ਕਰ ਲਿੱਤਾ ਗਿਆ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 21 ਤਰੀਕ ਨੂੰ ਕੱਲ ਜੀ ਸਾਡੇ SI ਕੁਲਦੀਪ ਸਿੰਘ ਜਿਹੜੇ ਪੁਲਿਸ ਪਾਰਟੀ ਨਾਲ ਪੁਲਸੂਆ ਮੰਡੀ ਬਰੀਵਾਲਾ ਜਿਹੜਾ ਇਹ ਪਹਿਲਾਂ ਗਸ਼ਤ ਜਾ ਰਹੇ ਸੀ ਉੱਥੇ ਮੰਡੀ ਬਰੀਵਾਲਾ ਪੁਲਸੂਆ ਦੇ ਕੋਲ ਇੱਕ ਬੰਦਾ ਇਹਨਾਂ ਨੂੰ ਸ਼ੱਕੀ ਮਿਲਿਆ। ਠੀਕ ਹੈ। ਇਹ ਪਾਰਟੀ ਨੇ ਜਦੋਂ ਤਲਾਸ਼ੀ ਲਈ ਆ ਤਾਂ ਇਹ ਵਿਅਕਤੀ ਆ ਤਰਸੇਮ ਸਿੰਘ ਸਾਨੂੰ ਬੂਟਾ ਸਿੰਘ ਅਤੇ ਪਿੰਡ ਬਾਜਾ ਮਰਾਰ। ਇਹਦੀ ਤਲਾਸ਼ੀ ਕਰਨ 'ਤੇ ਇਹਦੇ ਕੋਲ 400 ਗੋਲੀ ਜਿਹੜੀ SR ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਦੋਸ਼ੀ ਗ੍ਰਿਫਤਾਰ ਹੈ। ਹਾਂਜੀ, ਦੋਸ਼ੀ ਅਰੈਸਟਡ ਹੈ। ਗੁਰਪਿਆਰੋ, ਜੇਕਰ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਘੋੜ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਨਾਗਰਿਕ ਹੋਣ ਦਾ ਫਰਜ਼ ਨਿਭਾਈਏ ਅਤੇ ਪੁਲਿਸ ਤੱਕ ਹਰ ਉਸ ਕਰਿੰਦੇ ਦੀ ਜਾਣਕਾਰੀ ਪਹੁੰਚਾਈਏ ਜੋ ਵੀ ਸਾਡੇ ਇਲਾਕੇ ਵਿੱਚ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਹੈ। ਅਤੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਅਤੇ ਚਾਹੁੰਦੇ ਹੋ ਕਿ ਪੁਲਿਸ ਤੁਹਾਡੀ ਪਹਿਚਾਣ ਗੁਪਤ ਰੱਖੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਡੀ ਪਹਿਚਾਣ ਵੀ ਜ਼ਰੂਰ ਗੁਪਤ ਰੱਖੀ ਜਾਂਦੀ ਹੈ। ਅਜਿਹਾ ਕਰਨ ਨਾਲ ਜਿੱਥੇ ਅਸੀਂ ਆਪਣਾ ਆਲਾ ਦੁਆਲਾ ਸੁਰੱਖਿਅਤ ਕਰਦੇ ਹਾਂ ਉੱਥੇ ਹੀ ਅਸੀਂ ਆਪਣੀ ਨੌਜਵਾਨੀ ਨੂੰ ਵੀ ਨਸ਼ੇ ਦੇ ਘੋੜ ਤੋਂ ਬਚਾਉਣ ਵਿੱਚ ਯੋਗਦਾਨ ਪਾਉਂਦੇ ਹਾਂ। ਉਮੀਦ ਕਰਦੇ ਹਾਂ ਤੁਸੀਂ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਵੋਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡ ਬਾਣੀ ਵਾਸਤੇ ਸ੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।